ਹੈਲੋ ਸਟੂਡੈਂਟਸ オンਲਾਈਨ ਕਲਾਸਿਸ ਵਿੱਚ ਤੁਹਾਡਾ ਸਵਾਗਤ ਹੈ ਪਿਛਲੇ ਲੈਕਚਰ ਵਿੱਚ ਅਸੀਂ ਫੋਰਥ ਲੈਸਨ ਜੋ ਕਿ ਜ਼ਮੀਨ ਆਸਮਾਨ ਦਾ ਫਰਕ ਕਰਿਆ ਸੀ ਜਿਸ ਵਿੱਚ ਤੁਸੀਂ ਪੜਿਆ ਕਿ ਇੱਕ ਪੰਕਜ ਔਰ ਸਾਜਨ ਨਾਮ ਦੇ ਦੋ ਸੱਕੇ ਪਰਾ ਹੁੰਦੇ ਹਨ ਪਰ ਉਹਨਾਂ ਦੋਨਾਂ ਦੇ ਸੁਭਾਵਾਂ ਵਿੱਚ ਜ਼ਮੀਨ ਆਸਮਾਨ ਦਾ ਅੰਤਰ ਹੁੰਦਾ ਹੈ ਜਿੱਥੇ ਪੰਕਜ ਬਹੁਤ ਅੱਛੇ ਸੁਭਾਅ ਦਾ ਮੁੰਡਾ ਸੀ ਔਰ ਹਰ ਵਕਤ ਦੂਜਿਆਂ ਦੀ ਮਦਦ ਕਰਨ ਲਈ ਤਿਆਰ ਰਹਿੰਦਾ ਸੀ ਉਸਦੇ ਉਲਟ ਜੋ ਸਾਜਨ ਨਾਮ ਦਾ ਲੜਕਾ ਹੁੰਦਾ ਹੈ ਉਹ ਬਹੁਤ ਹੀ ਗੰਦੇ ਸੁਭਾਅ ਦਾ ਮੁੰਡਾ ਹੁੰਦਾ ਹੈ ਤੇ ਉਹ ਹਰ ਵਕਤ ਕਿਸਨ ਟੱਕੇ ਵਰਗਾ ਜਵਾਬ ਦੇ ਅਗਰ ਕੋਈ ਉਸ ਤੋਂ ਕੋਈ ਹੈਲਪ ਕੋਈ ਮਦਦ ਮੰਗਦਾ ਵੀ ਹੈ ਤਾਂ ਸਾਫ਼ ਇਨਕਾਰ ਕਰ ਦਿੰਦਾ ਹੈ ਇੱਕ ਦਿਨ ਦੀ ਗੱਲ ਹੁੰਦੀ ਹੈ ਕਿ ਦੋਨੋਂ ਭਰਾ ਸਾਈਕਲ ਤੇ ਸਕੂਲੋਂ ਘਰੇ ਵਾਪਸ ਆ ਰਹੇ ਹੁੰਦੇ ਹਨ ਤੇ ਇੱਕ ਰੇਨਕਾ ਨਾਮ ਦੀ ਲੜਕੀ ਹੁੰਦੀ ਹੈ ਜੋ ਕਿ ਉਹਨਾਂ ਦੇ ਸਕੂਲ ਵਿੱਚ ਹੀ ਪੜਦੀ ਹੈ ਉਸ ਨੂੰ ਕੋਈ ਸਕੂਟਰ ਟੱਕਰ ਮਾਰ ਜਾਂਦਾ ਹੈ ਤਾ ਪੰਕਜ ਕਹਿੰਦਾ ਹੈ ਕਿ ਸਾਨੂੰ ਉਸਦੀ ਮਦਦ ਕਰਨੀ ਚਾਹੀਦੀ ਹੈ ਪਰ ਸਾਜਨ ਉਹ ਕਹਿੰਦਾ ਹੈ ਕਿ ਇਸ ਤੇ ਝੰਜਟ ਵਿੱਚ ਨਾ ਪਹੋ ਪਰ ਫਿਰ ਵੀ ਜੋ ਪੰਕਜ ਹੁੰਦਾ ਹੈ ਉਹ ਉਸ ਨੂੰ ਹਸਪਤਾਲ ਲਿਜਾਣ ਲਈ ਕਹਿੰਦਾ ਹੈ ਤੇ ਆਪਣੀ ਮੰਮੀ ਨੂੰ ਫੋਨ ਕਰਦਾ ਹੈ ਕਿ ਉਹ ਰੇਨਕਾ ਦੀ ਮੰਮੀ ਪਾਪਾ ਨੂੰ ਦੱਸਦੇ ਨੇ ਕਿ ਉਸ ਨੂੰ ਸਰਕਾਰੀ ਹਸਪਤਾਲ ਚ ਲੈ ਕੇ ਜਾ ਰਹੇ ਹਨ ਤੇ ਫਿਰ ਜੋ ਇੱਕ ਰਿਕਸ਼ੇ ਵਾਲਾ ਹੁੰਦਾ ਹੈ ਸਾਜਨ ਨੇ ਪੰਕਜ ਇਸਾਰੇ ਨਾਲ ਜੋ ਉਸ ਨੂੰ ਬੁਲਾਉਂਦਾ ਹੈ ਤੇ ਉਸ ਨੂੰ ਹਸਪਤਾਲ ਲੈ ਜਾਣ ਲਈ ਕਹਿੰਦੇ ਹਨ ਹੁਣ ਅਸੀਂ ਇਸ ਨੂੰ ਅੱਗੇ ਰੀਡ ਕਰਦੇ ਹਾਂ ਪੰਕਜ ਨੇ ਆਤਮ ਵਿਸ਼ਵਾਸ ਨਾਲ ਕਿਹਾ ਜਦੋਂ ਪੁਲਿਸ ਮੇਥੋਂ ਕਿਉਂਕਿ ਜੋ ਸਾਜਨ ਹੈ ਉਹ ਉਸ ਨੂੰ ਕਹਿੰਦੀ ਹੈ ਕਿ ਬਿਨਾ ਕੰਮ ਤੋਂ ਪੁਲਿਸ ਦੇ ਝੰਝਟ ਵਿੱਚ ਪੈ ਜਾਵਾਂਗੇ ਪੁਲਿਸ ਵਾਲੇ ਵਾਲੇ ਸਾਨੂੰ ਪਰੇਸ਼ਾਨ ਕਰਨਗੇ ਪਰ ਜੋ ਪੰਕਜ ਹੈ ਉਹ ਕਹਿੰਦਾ ਹੈ ਕਿ ਜਦੋਂ ਪੁਲਿਸ ਮੇਥੋਂ ਪੁੱਛ ਗਿੱਚ ਕਰੇਗੀ ਤਾਂ ਸਭ ਕੁਝ ਦੱਸ ਦਵਾਂਗਾ ਜੋ ਮੈਂ ਵੇਖਿਆ ਹੈ ਪਰ ਇਹ ਗੱਲ ਇਹ ਸਭ ਕੁਝ ਤਾਂ ਬਾਅਦ ਵਿੱਚ ਵੇਖਿਆ ਜਾਵੇਗਾ ਵੀ ਇਹ ਫਰਸਟ ਕੰਮ ਸਾਡਾ ਜੋ ਰਿੰਕਾ ਹੈ ਉਸ ਨੂੰ ਹਸਪਤਲ ਲੈ ਕੇ ਜਾਣਾ ਹੈ ਇਹ ਸਭ ਤੇ ਬਾਅਦ ਵਿੱਚ ਵੇਖਾਂਗੇ ਪਹਿਲਾਂ ਇਸ ਨੂੰ ਹਸਪਤਾਲ ਲੈ ਕੇ ਚੱਲੀਏ 사ਜਨ ਫੇਰ ਟਾਲਮਟੋਲ ਕਰਨ ਲੱਗਾ ਟਾਲਮਟੋਲ ਹੁੰਦਾ ਕਿ ਇੱਧਰ ਉੱਧਰ ਕਰਨ ਲੱਗਾ ਵੀ ਬਹਾਨੇਬਾਜ਼ੀ ਕਰਨ ਲੱਗਾ ਕਿ ਨਹੀਂ ਲੈ ਨਹੀਂ ਲੈ ਕੇ ਜਾਣਾ ਉਸ ਨੇ ਘੜੀ ਤੇ ਨਜ਼ਰ ਮਾਰੀ 2 ਵਜਣ ਵਾਲੇ ਸਨ ਤਿੰਨੀ ਚ ਸਾਜਨ ਜੋ ਆਪਣੀ ਘੜੀ ਵੱਲ ਦੇਖਦਾ ਹੈ ਉਸੇ 2 ਵਜਨ ਵਾਲੇ ਸੰ ਉਹ ਕਹਿਣ ਲੱਗਾ ਪੰਕਜ ਤੂੰ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦਾ ਮੇਰੇ ਮਨਪਸੰਦ ਲੜੀਵਾਰ ਦਾ ਸਮਾਂ ਹੋਣ ਵਾਲਾ ਹੈ ਲੜੀਵਾਰ ਹੁੰਦਾ ਹੈ ਸੀਰੀਅਲ ਨਾਟਕ ਜੋ ਟੀਵੀ ਵਿੱਚ ਵੇਖਦੇ ਹਾਂ ਤੇ ਉਹ ਕਹਿੰਦਾ ਕਿ ਮੇਰੇ ਮਨਪਸੰਦ ਨਾਟਕ ਵੇਖਣ ਦਾ ਟਾਈਮ ਹੋ ਰਿਹਾ ਹੈ ਪਰ ਤੂੰ ਆਪਣੀ ਹਰਕਤਾਂ ਤੋਂ ਬਾਜ਼ ਨਹੀਂ ਆਉਂਦਾ ਮੈਂ ਤਾਂ ਚੱਲਿਆ ਉਸ ਨੂੰ ਕਹਿੰਦਾ ਕਿ ਮੈਂ ਤਾਂ ਜਾ ਰਿਹਾ ਹਾਂ ਇਹ ਗੱਲ ਸੁਣਦਿਆਂ ਹੀ ਪੰਕਜ ਇੱਕਦਮ ਗੁੱਸੇ 'ਚ ਆ ਗਿਆ ਤਾਂ ਉਹ ਜੋ ਪੰਕਜ ਸੀ ਉਹ ਇਹ ਗੱਲ ਸੁਣ ਕੇ ਉਸ ਨੂੰ ਗੁੱਸਾ ਆ ਜਾਂਦਾ ਕਿ ਉਸ ਨੇ ਇਸ ਸਮੇਂ ਵੀ ਆਪਣਾ ਸੀਰੀਅਲ ਦੇਖਣਾ ਹੈ ਨਾ ਕਿ ਰਿੰਕਾ ਨੂੰ ਹਸਪਤਾਲ 'ਚ ਲੈ ਕੇ ਜਾਣਾ ਹੈ ਕਹਿਣ ਲੱਗਾ ਸਾਜਨ ਕੁਝ ਤਾਂ ਸ਼ਰਮ ਕਰ ਇੱਥੇ ਕਿਸੇ ਦੀ ਜਾਨ ਸੰਕਟ ਵਿੱਚ ਪਈ ਹੋਈ ਹੈ ਤੇ ਤੈਨੂੰ ਟੀਵੀ ਸੀਰੀਅਲ ਸੁਝੇ ਰਹੇ ਜਾ ਤੂੰ ਜਾ ਕੇ ਆਪਣਾ ਲੜੀਵਾਰ ਵੇਖ ਮੈਂ ਇਕੱਲਾ ਹੀ ਇਸ ਨੂੰ ਹਸਪਤਾਲ ਲਿਜਾ ਰਿਹਾ ਹਾਂ ਤਾਂ ਉਸ ਨੂੰ ਗੁੱਸੇ ਵਿੱਚ ਕਹਿੰਦਾ ਹੈ ਕਿ ਜਾ ਤੂੰ ਜਾ ਕੇ ਆਪਣਾ ਸੀਰੀਅਲ ਦੇਖ ਮੈਂ ਇਸ ਨੂੰ ਆਪੇ ਖੁਦ ਇਕੱਲਾ ਹੀ ਹਸਪਤਾਲ ਪਹੁੰਚਾ ਦੇਵਾਂਗਾ ਸਾਜਣ ਡਿੱਟ ਬੰ ਟੀਟ ਬੰ ਟੀਟ ਬੰਨਾ ਹੁੰਦਾ ਹੈ ਕਿ ਜਿਸ ਜੋ ਕੋਈ ਗੱਲ ਸੁਣਦਾ ਨਹੀਂ ਅੰਗੇਲੀ ਕਰ ਦਿੰਦਾ ਉਹਨੂੰ ਕਹਿੰਦਾ ਟੀਟ बनके साइकिल ਤੇ ਸਵਾਰ ਹੋ ਕੇ ਘਰ ਵੱਲ ਰਵਾਨਾ ਹੋ ਗਿਆ ਇੰਨੇ ਨੂੰ ਇੱਕ ਰਿਕਸ਼ੇ ਵਾਲਾ ਉੱਥੇ ਆ ਗਿਆ ਪੰਕਜ ਨੇ ਰਿੰਕਾ ਦਾ ਸਾਈਕਲ ਨੇੜੇ ਦੀ ਇੱਕ ਦੁਕਾਨ ਤੇ ਖੜਾ ਕੀਤਾ ਤੇ ਉਸ ਨੂੰ ਤੁਰੰਤ ਰਿਕਸ਼ਾ 'ਚ ਬਿਠਾ ਕੇ ਸਰਕਾਰੀ ਹਸਪਤਾਲ ਲੈ ਗਿਆ ਹਸਪਤਾਲ ਉੱਥੋਂ ਬਹੁਤੀ ਦੂਰੀ ਦੂਰ ਨਹੀਂ ਸੀ ਜੋ ਹਸਪਤਲ ਸੀ ਉਹ ਵੀ ਨਜ਼ਦੀਕ ਸੀ ਉੱਥੋਂ ਜ਼ਿਆਦਾ ਦੂਰ ਨਹੀਂ ਸੀ ਉਸਨੇ ਉਸ ਨੂੰ ਰਿਕਸ਼ੇ ਵਿੱਚ ਬਿਠਾ ਕੇ ਉਸ ਨੂੰ ਹਸਪਤਾਲ ਪਹੁੰਚਾ ਦਿੱਤਾ ਉਦੋਂ ਤੱਕ ਰੇਨਕਾ ਦੇ ਪਾਪਾ ਵੀ ਹਸਪਤਾਲ ਪਹੁੰਚ ਚੁੱਕੇ ਸਨ ਡਾਕਟਰ ਨੇ ਦੱਸਿਆ ਕਿ ਕਬਰਾਉਣ ਦੀ ਕੋਈ ਗੱਲ ਨਹੀਂ ਹੈ ਰੇਨਕਾ ਨੂੰ ਸਮੇਂ ਸਿਰ ਹਸਪਤਾਲ ਲਿਆਂਦਾ ਗਿਆ ਹੈ ਤਾਂ ਡਾਕਟਰ ਦੱਸਦਾ ਹੈ ਕਿ ਹੁਣ ਕਬਰਾਉਣ ਦੀ ਕੋਈ ਗੱਲ ਨਹੀਂ ਹੈ ਇਸ ਨੂੰ ਤੁਸੀਂ ਸਹੀ ਟਾਈਮ ਤੇ ਹਸਪਤਾਲ ਵਿੱਚ ਪਹੁੰਚਾ ਦਿੱਤਾ ਹੈ ਜੇ ਜ਼ਿਆਦਾ ਦੇਰ ਹੋ ਜਾਂਦੀ ਤਾਂ ਜ਼ਰੂਰ ਚਿੰਤਾ ਵਾਲੀ ਗੱਲ ਹੁੰਦੀ ਅਗਰ ਜ਼ਿਆਦਾ ਟਾਈਮ ਹੋ ਜਾਂਦਾ ਤੇ ਜ਼ਰੂਰ ਉਸ ਦਾ ਖੂਨ ਜ਼ਿਆਦਾ ਵਹਿ ਜਾਣਾ ਸੀ ਤਾਂ ਚਿੰਤਾ ਵਾਲੀ ਗੱਲ ਵੀ ਹੋਣੀ ਸੀ ਸ਼ਾਮ ਨੂੰ ਇਸ ਨੂੰ ਹਸਪਤਾਲ ਤੋਂ ਛੁੱਟੀ ਮਿਲ ਜਾਏਗੀ ਸ਼ਾਮ ਤੱਕ ਇਸ ਨੂੰ ਹਸਪਤਲ ਚ ਛੁੱਟੀ ਵੀ ਮਿਲ ਜਾਏਗੀ ਅੰਕਲ ਮੈਂ ਉਹਨਾਂ ਦੇ ਸਕੂਟਰ ਦਾ ਨੰਬਰ ਵੀ ਨੋਟ ਕਰ ਲਿਆ ਸੀ ਤੋਂ ਜੋ ਪੰਕਜ ਕਹਿ ਰਿਹਾ ਉਹਨਾਂ ਨੂੰ ਕੀ ਅੰਕਲ ਮਾਹਨਾਂ ਦੇ ਸਕੂਟਰ ਦਾ ਨੰਬਰ ਨੋਟ ਕਰ ਲਿਆ ਸੀ ਇਹ ਲਿਓ ਇਹ ਕਹਿ ਕੇ ਪੰਕਜ ਨੇ ਕਾਗਜ਼ ਦਾ ਉਹ ਟੁਕੜਾ ਜੇਬ ਚੋਂ ਕੱਢ ਕੇ ਰੇਨੁਕਾ ਦੇ ਪਾਪਾ ਨੂੰ ਦੇ ਦਿੱਤਾ ਪੁਲਿਸ ਚੌਂਕੀ ਹਸਪਤਾਲ ਦੇ ਨੇੜੇ ਹੀ ਸੀ ਜੋ ਪੁਲਿਸ ਚੌਂਕੀ ਸੀ ਉਹ ਵੀ ਹਸਪਤਾਲ ਦੇ ਨੇੜੇ ਹੀ ਸੀ ਉਦੋਂ ਤੱਕ ਪੁਲਿਸ ਕੋਲ ਹਸਪਤਾਲ 'ਚ ਉਸ ਐਕਸੀਡੈਂਟ ਕੇਸ ਦੀ ਸੂਚਨਾ ਪਹੁੰਚ ਚੁੱਕੀ ਸੀ ਪੁਲਿਸ ਕਰਮਚਾਰੀ ਬਿਆਨ ਲਿਖ ਰਿਹਾ ਸੀ ਰੇਨਕਾ ਦੇ ਪਾਪਾ ਨੇ ਸਕੂਟਰ ਸਵਾਰਾਂ ਦੇ ਸਕੂਟਰ ਦਾ ਨੰਬਰ ਪੁਲਿਸ ਕਰਮਚਾਰੀ ਦੇ ਹਵਾਲੇ ਕਰ ਦਿੱਤਾ ਜੋ ਰੇਨਕਾ ਦੇ ਪਾਪਾ ਸਨ ਉਹਨਾਂ ਨੇ ਸਕੂਟਰ ਸਵਾਰਾਂ ਦਾ ਜੋ ਨੰਬਰ ਸੀ ਉਹ ਪੁਲਿਸ ਵਾਲਿਆਂ ਨੂੰ ਪੁਲਿਸ ਕਰਮਚਾਰੀਆਂ ਨੂੰ ਦੇ ਦਿੱਤਾ ਅਜੇ ਗੱਲਾਂ ਹੋ ਹੀ ਰਹੀਆਂ ਸਨ ਕਿ ਰੇਨਕਾ ਨੇ ਅੱਖਾਂ ਖੋਲ੍ਹੀਆਂ ਹਲੇ ਉਹਨਾਂ ਦੀ ਆਪਸ ਵਿੱਚ ਗੱਲਾਂ ਹੋ ਰਹੀਆਂ ਸਨ ਕਿ ਰੇਨਕਾ ਨੂੰ ਹੋਸ਼ ਆ ਜਾਂਦੀ ਹੈ ਖੁਦ ਨੂੰ ਹਸਪਤਾਲ ਚ ਦੇਖ ਦੇਖ ਕੇ ਉਹ ਰੋਣ ਲੱਗ ਪਈ ਉਸਦੇ ਪਾਪਾ ਉਸ ਨੂੰ ਹੌਸਲਾ ਦੇਣ ਲੱਗੇ ਪੁਲਿਸ ਕਰਮਚਾਰੀ ਨੂੰ ਪਤਾ ਲੱਗ ਗਿਆ ਸੀ ਕਿ ਪੰਕਜ ਹੀ ਜ਼ਖਮੀ ਰੇਨਕਾ ਨੂੰ ਇੱਕ ਰਿਕਸ਼ੇ 'ਚ ਬਿਠਾ ਕੇ ਹਸਪੀਟਲ ਲੈ ਕੇ ਆਇਆ ਸੀ ਜੋ ਪੁਲਿਸ ਕਰਮਚਾਰੀ ਸੀ ਉਸ ਨੂੰ ਵੀ ਪਤਾ ਚੱਲ ਚੁੱਕਿਆ ਸੀ ਕਿ ਇਸ ਨੂੰ ਜੋ ਹਸਪਤਾਲ ਵਿੱਚ ਪਹੁੰਚਾਉਣ ਦਾ ਕੰਮ ਕਿਸ ਨੇ ਕੀਤਾ ਹੈ ਪੰਕਜ ਨੇ ਕੀਤਾ ਹੈ ਉਸ ਨੇ ਪੰਕਜ ਦੀ ਪਿੱਠ ਥਰ ਥੱਪ ਥਰਫੜਾਈ ਥਪੜਾਣਾ ਮਤਲਬ ਉਸ ਨੂੰ ਸ਼ਾਬਾਸ਼ੀ ਦੇਣਾ ਸ਼ਾਬਾਸ਼ ਬੇਟਾ ਤੇਰੇ ਵਰਗੇ ਹਿੰਮਤੀ ਬੱਚੇ ਘੱਟ ਹੁੰਦੇ ਨੇ ਹੁਣ ਇਹਨਾਂ ਸਕੂਟਰ ਸਵਾਰਾਂ ਖਿਲਾਫ ਕਾਰਵਾਈ ਕੀਤੀ ਜਾਏਗੀ ਵੀ ਉਹਨਾਂ ਦੇ ਖਿਲਾਫ ਹੁਣ ਕਾਰਵਾਈ ਕੀਤੀ ਜਾਏਗੀ ਔਰ ਉਸ ਨੂੰ ਉਸ ਦੀ ਪ੍ਰਸ਼ੰਸਾ ਕੀਤੀ ਕਿ ਤੇਰੇ ਵਰਗੇ ਬੱਚੇ ਬਹੁਤ ਘੱਟ ਹੁੰਦੇ ਹਨ ਪੰਕਜ ਨੇ ਪੁਲਿਸ ਕਰਮਚਾਰੀ ਨੂੰ ਬਿਆਨ ਲਿਖ ਲੈਣ ਵਿੱਚੋਂ ਆਪਣੇ ਮਨ ਦਾ ਡਰ ਵੀ ਦੱਸ ਦਿੱਤਾ ਅੰਕਲ ਕੀ ਮੈਨੂੰ ਵੀ ਕੋਈ ਤਾਂ ਪੰਕਜ ਦੇ ਮਨ ਵਿੱਚ ਜੋ ਡਰ ਸੀ ਤੇ ਉਸਨੇ ਉਸ ਪੁਲਿਸ ਵਾਲੇ ਨੂੰ ਵੀ ਕਿਹਾ ਕਿ ਮੇਰੇ ਉੱਤੇ ਤਾਂ ਕੋਈ ਗੱਲ ਨਹੀਂ ਆਏਗੀ ਨਾ ਪੰਕਜ ਦੀ ਗੱਲ ਦਾ ਇਹ ਸਾਰਾ ਸਮਝਦਿਆਂ ਪੁਲਿਸ ਕਰਮਚਾਰੀ ਨੇ ਟੇਡੀਆਂ ਨਜ਼ਰਾਂ ਨਾਲ ਵੇਖਦਿਆਂ ਕਿਹਾ ਹਾਂ ਬੇਟਾ ਤੈਨੂੰ ਥਾਣੇ ਲਿਜਾ ਲਿਜਾਇਆ ਜਾਵੇਗਾ ਤਾਂ ਉਸਨੇ ਟੇਡੀਆਂ ਅੱਖਾਂ ਨਾਲ ਉਸਤੇ ਹਲ ਵੇਖਿਆ ਤੇ ਕਿਹਾ ਕਿ ਹਾਂ ਤੈਨੂੰ ਥਾਣੇ ਤਾਂ ਲਜਾਇਆ ਜਾਵੇਗਾ ਮੈਨੂੰ ਥਾਣੇ ਲਿਜਾਇਆ ਜਾਵੇਗਾ ਪਰ ਅੰਕਲ ਕਿਉਂ ਤਾਂ ਫਿਰ ਉਹ ਇੰਜ ਕਹਿੰਦਾ ਕਿ ਮੈਨੂੰ ਕਿਉਂ ਥਾਣੇ ਲਿਜਾਇਆ ਜਾਏਗਾ ਮੈਂ ਤਾਂ ਇਸਦੀ ਮਦਦ ਕੀਤੀ ਹੈ ਪੰਕਜ ਨੇ ਡਰ ਦੇ ਰਲੇ ਮਿਲੇ ਭਾਵ ਪ੍ਰਗਟ ਕਰਦਿਆਂ ਪੁੱਛਿਆ ਵੀ ਡਰ ਵੀ ਸੀ ਉਹਦੇ ਮਨ ਵਿੱਚ ਤੇ ਉਹ ਪੁੱਛ ਰਿਹਾ ਕਿ ਮੈਨੂੰ ਕਿਉਂ ਥਾਣੇ ਲਿਜਾਇਆ ਜਾਏਗਾ ਪੁਲਿਸ ਕਰਮਚਾਰੀ ਨੇ ਕਿਹਾ ਤੈਨੂੰ ਥਾਣੇ ਕਿਉਂ ਜਾਣਾ ਪਵੇਗਾ ਕਿ ਤੈਨੂੰ ਕਿਉਂ ਥਾਣੇ ਜਾਣਾ ਪਵੇਗਾ ਉੱਥੇ ਤਾਂ ਇਹ ਤਾਂ ਉੱਥੇ ਜਾ ਕੇ ਹੀ ਪਤਾ ਲੱਗੇਗਾ ਨਾਲ ਹੀ ਤੇਰੇ ਪਰਿਵਾਰ ਵਾਲਿਆਂ ਨੂੰ ਵੀ ਬੁਲਾਇਆ ਜਾਏਗਾ ਵੀ ਨਾਲ ਤੇਰੇ ਪਰਿਵਾਰ ਵਾਲਿਆਂ ਨੂੰ ਵੀ ਬੁਲਾਇਆ ਜਾਏਗਾ ਤੇ ਇਹ ਸਭ ਤੇ ਤੈਨੂੰ ਉੱਥੇ ਥਾਣੇ ਜਾ ਕੇ ਹੀ ਪਤਾ ਚੱਲੇਗਾ ਇਹ ਗੱਲ ਸੁਣ ਕੇ ਇੱਕ ਵਾਰੀ ਤਾਂ ਪੰਕਜ ਨੂੰ ਲੱਗਾ ਜਿਵੇਂ ਉਸ ਦੇ ਪੈਰਾਂ ਹੇਠਾਂ ਜ਼ਮੀਨ ਖਿਸਕੀ ਪੈਰਾਂ ਹੇਠਾਂ ਜ਼ਮੀਨ ਖਿਸਕਣਾ ਕੀ ਹੋਣਾ ਡਰ ਜਾਣਾ ਕਿ ਉਹ ਬਹੁਤ ਡਰ ਗਿਆ ਸੀ ਕਿ ਉਹ ਕਿਤੇ ਉਸ ਤੋਂ ਕੋਈ ਗਲਤੀ ਤਾਂ ਨਹੀਂ ਹੋ ਗਈ ਉਸ ਨੂੰ ਸਾਜਨ ਦੀਆਂ ਗੱਲਾਂ ਸੱਚੀਆਂ ਜਾਪਣ ਲੱਗੀਆਂ ਕਿਉਂਕਿ ਉਸ ਦਾ ਪ੍ਰਾਜਾ ਸਾਜਨ ਸੀ ਉਸ ਨੂੰ ਬਾਰ-ਬਾਰ ਕਹਿ ਰਿਹਾ ਸੀ ਕਿ ਤੂੰ ਪੁਲਿਸ ਦੇ ਝਮੇਲੇ ਵਿੱਚ ਨਾ ਪੈ ਇਸ ਲਈ ਉਹ ਸੋਚਦਾ ਕਿ ਕਿਤੇ ਉਸ ਨੇ ਗਲਤ ਤਾਂ ਨਹੀਂ ਕੀਤਾ ਸ਼ਾਮ ਨੂੰ ਪੰਕਜ ਨੂੰ ਖਾਣ ਥਾਣੇ 'ਚ ਪਹੁੰਚਣ ਦਾ ਸੱਦਾ ਆਇਆ ਘਰ ਚ ਕੁਸਰ ਮੁਸਰ ਹੋਣ ਲੱਗੀ ਫਿਰ ਜੋ ਸ਼ਾਮ ਨੂੰ ਉਸ ਪੰਕਜ ਨੂੰ ਆਇਆ ਥਾਣੇ ਨੂੰ ਪਹੁੰਚਣ ਥਾਣੀ ਵੀ ਉਸ ਨੂੰ ਲਿਜਾਇਆ ਜਾਏਗਾ ਇਸ ਦਾ ਉਸ ਨੂੰ ਖਬਰ ਆਈ ਤੇ ਉਸ ਘਰ ਵਿੱਚ ਕੁਸਰ ਮੁਸਰ ਹੋਣ ਲੱਗੀ ਥਾਣੇ ਦੀ ਗੱਲ ਸੁਣਦਿਆਂ ਹੀ ਸਾਜਨ ਜੀ ਤਾਂ ਸੁਧ-ਬੁੱਧ ਗਮ ਹੋ ਗਏ ਜਿਵੇਂ ਇੱਕਦਮ ਉਸਨੇ ਥਾਣੇ ਦੀ ਗੱਲ ਸੁਣੀ ਜਦੋਂ ਸੱਦਾ ਆਇਆ ਤੇ ਉਸ ਦੀ ਤਾਂ ਸੁਧ-ਬੁੱਧ ਗਮ ਹੋ ਗਈ ਹੈਰਾਨ ਹੋ ਕੇ ਉਹ ਉਸਨੇ ਪੰਕਜ ਨੂੰ ਟਿੱਚਰ ਕੀਤੀ ਉਜੋ ਸਾਜੰਸੀ ਉਹ ਪੰਕਜ ਨੂੰ ਟੀਚਰ ਮਤਲਬ ਉਸ ਨੂੰ ਉਹਦੇ ਉੱਤੇ ਮਜ਼ਾਕ ਕੀਤਾ ਉਸ ਨੂੰ ਲਗਾ ਕੇ ਕੋਈ ਗੱਲ ਕਹੀ ਕਿਉਂਕਿ ਕੀ ਕੀ ਕਿਹਾ ਸੀ ਮੈਂ ਹੁਣ ਲੈ ਮਜ਼ਾ ਉਸ ਨੂੰ ਕਹਿੰਦਾ ਕਿ ਹੁਣ ਲੈ ਮਜ਼ਾ ਮੈਂ ਤੈਨੂੰ ਕਿਹਾ ਸੀ ਨਾ ਮੈਂ ਤੈਨੂੰ ਸਾਰਿਆਂ ਨਾਲ ਕਿੰਨਾ ਸਮਝਾਇਆ ਸੀ ਪਰ ਤੂੰ ਮੇਰੀ ਇੱਕ ਨਹੀਂ ਮੰਨੀ ਤੇਰੇ ਤੇ ਤਾਂ ਲੋਕ ਭਲਾਈ ਕਰਨ ਦਾ ਭੂਤ ਸਵਾਰ ਸੀ ਉਹਨੂੰ ਦੇਨੀ ਥਾਣੇ 'ਚ ਜਾ ਕੇ ਗਵਾਹੀ ਨਾਲ ਹੀ ਮੰਮੀ ਪਾਪਾ ਦੀ ਵੀ ਵੇਇਸਤੀ ਕਰਾਈ ਚਲੋ ਅੱਜ ਇੰਨਾ ਹੀ ਕਰਦੇ ਹਾਂ ਨੈਕਸਟ ਲੈਕਚਰ ਚ ਅੱਗੇ ਕਰਾਂਗੇ ਅੱਜ ਦੇ ਲਈ ਇੰਨਾ ਹੀ ਖੁਸ਼ ਰਹੋ ਸੁਰੱਖਿਤਰ ਰਹੋ ਸਟੇ ਹਾ ਗੁੱਡ ਬਾਏ